ਐਕਸਰਸਾਈਜ਼ 3.1 ਥਰਡ ਸਮ ਰਾਈਟ ਦਾ ਨੈਕਸਟ 3 ਮਲਟੀਪਲਸ ਫਸਟ ਪਾਰਟ ਦੇ ਵਿੱਚ ਉਹਨਾਂ ਨੇ ਸਾਨੂੰ ਇਹਦੇ ਨੈਕਸਟ 3 ਮਲਟੀਪਲਸ ਪੁੱਛਿਆ ਇਹ ਦੇਖੋ ਧਿਆਨ ਦੇ ਨਾਲ ਕਿ 7 ਦਾ ਟੇਬਲ ਇਹਨਾਂ ਨੇ ਕੀਤਾ ਹੋਇਆ 7 1 ਜਾਂ 7 7 2 ਜਾਂ 14 7 3 ਜਾਂ 21 7 4 ਜਾਂ ਨੈਕਸਟ 3 ਮਲਟੀਪਲਸ ਲਿਖਣੇ ਆ ਨਾ ਸੋ ਇਹ 3 ਤੱਕ ਟੇਬਲ ਪੜਿਆ ਹੋਇਆ ਅਸੀਂ ਹੁਣ 4 ਦਾ ਪੜਾਂਗੇ 4 ਤੱਕ ਪੜਾਂਗੇ 7 1 ਜਾਂ 7 7 2 ਜਾਂ 14 7 3 ਜਾਂ 21 7 4 ਜਾਂ 28 75 ਦਾ 35 76 ਦਾ 42 that's it ਠੀਕ ਹੈ ਫੋਰਥ ਸਮ ਦੇ ਵਿੱਚ ਫਾਈਂਡ ਦਾ ਮਲਟੀਪਲਸ ਆਫ 8 8 ਦੇ ਨਾ ਮਲਟੀਪਲਸ ਫਾਈਂਡ ਕਰਨੇ ਯਾਨੀ ਕਿ 8 ਦਾ ਟੇਬਲ ਇਹਦੇ ਵਿੱਚ ਕਾਊਂਟ ਕਰਾਂਗੇ ਵਿਚ ਆਰ ਗ੍ਰੇਟਰ ਥੈਨ 56 ਉਹ 8 ਦੇ ਜਿਹੜੇ ਮਲਟੀਪਲਸ ਹਨਾ ਉਹ 56 ਤੋਂ ਗ੍ਰੇਟਰ ਹੋਣੇ ਚਾਹੀਦੇ ਬਟ ਲੈਸ ਥੈਨ 88 88 ਤੋਂ ਲੈਸ ਥੈਨ ਠੀਕ ਹੈ ਛੋਟੇ ਹੋਣੇ ਚਾਹੀਦੇ ਆ ਸੋ 8 ਦਾ ਟੇਬਲ ਅਸੀਂ ਦੇਖੀਏ 8 7 ਦਾ 56 ਹੁੰਦੇ ਆ 8 8 ਦਾ 64 ਹੈ ਨਾ 8 9 ਦਾ 72 ਹੁੰਦੇ ਆ 8 10 ਦਾ 80 ਠੀਕ ਹੈ 8 10 ਦਾ 80 ਐਂਡ 8 11 ਦਾ 88 ਸੋ so 88 ਤੱਕ ਅਸੀਂ ਬਣਾ ਲਿਆ ਉਹਨਾਂ ਨੇ ਹੁਣ ਕਿਹਾ ਕਿ ਯਾਕੰਦੇ 56 ਤੋਂ ਗ੍ਰੇਟਰ ਲੈਣੇ ਆ ਯਾਨੀ ਕਿ 56 ਨਹੀਂ ਲੈਣਾਗਾ ਤੇ 88 ਤੋਂ ਲੈਸ ਦੈਨ 88 ਤੋਂ ਥੱਲੇ ਥੱਲੇ ਲੈਣੇ ਯਾਨੀ ਕਿ 88 ਵੀ ਨਹੀਂ ਲੈਣਾ ਤੇ ਕਿਹੜੇ ਬਣ ਗਏ ਬੱਚੇ ਕੋਮਾ 84 ਡਾਂਸਰ 64,72,80 ਦੈਟਸ ਇਟ ਇਸ ਸੈਕੰਡ ਨੰਬਰ ਇਜ਼ ਅ ਮਲਟੀਪਲ ਆਫ ਫਰਸਟ ਨੰਬਰ ਕਹਿੰਦੇ ਕਿ ਜਿਹੜਾ ਸੈਕੰਡ ਨੰਬਰ ਆ ਫਰਸਟ ਦਾ ਮਲਟੀਪਲ ਹੈਗਾ ਇਹ ਸਿੰਪਲ ਤਰੀਕਾ ਆ ਕਿ ਇਹਨਾਂ ਨੂੰ ਨਾ ਡਿਵਾਈਡ ਕਰ ਲਓ ਠੀਕ ਹੈ ਜੇ ਤਾਂ 739 ਨਾ ਡਿਵਾਈਡ ਹੋ ਗਿਆ ਠੀਕ ਹੈ ਜੇ ਤਾਂ ਟੇਬਲ ਪਾੜ ਸਕਦੇ ਕਿ 7 ਦੇ ਟੇਬਲ ਸ 39 ਆਂਦਾ ਤਾਂ ਵੀ ਪਾੜ ਸਕਦੇ ਤੁਸੀਂ ਜੇ ਨਹੀਂ ਤੁਸੀਂ ਡਿਵਾਈਡ ਕਰਕੇ ਦੇਖ ਲਓ ਦੇਖੋ ਇਹ ਨਾ 7 ਦੇ ਟੇਬਲ ਦੇ ਡਿਵਾਈਡ ਨਹੀਂ ਹੋ ਰਿਹਾ ਰਿਮੈਂਡਰ ਬਚ ਗਿਆ ਨਾ ਡਿਵਾਈਡ ਨਹੀਂ ਨਾ ਹੋ ਰਿਹਾ ਇਟ ਮੀਨਸ ਇਹਦਾ ਆਨਸਰ ਕੀ ਆਏਗਾ ਨੋ ਠੀਕ ਹੈ ਕਿ ਇਹ ਸੈਕਿੰਡ ਨੰਬਰ ਜਿਹੜਾ ਫਸਟ ਨੰਬਰ ਦਾ ਮਲਟੀਪਲ ਨਹੀਂ ਆ ਸੋ ਇਸੇ ਤਰੀਕੇ ਨਾਲ ਐ 4 ਆ ਉਹਨੂੰ 36 ਨਾਲ ਆਪਾਂ ਡਿਵਾਈਡ ਕਰਦੇ ਹਾਂ 9 4 36 ਸੋ ਇਹਦਾ ਆਨਸਰ ਕੀ ਆਏਗਾ ਯੈਸ ਕਿਉਂਕਿ ਇਦਰ ਰਿਮੈਂਡਰ ਜ਼ੀਰੋ ਬਚਿਆ ਨਾ ਕੁਝ ਵੀ ਨਹੀਂ ਬਚਿਆ ਰਿਮੈਂਡਰ ਖਾਲੀ ਹੋ ਗਿਆ ਸੋ ਇਹ ਡਿਵਾਈਡ ਹੋ ਸਕਦਾ ਇਸ ਕਰਕੇ ਦਾ ਆਨਸਰ ਕੀ ਆਏਗਾ ਯੈਸ ਆਏਗਾ ਠੀਕ ਹੈ ਸੋ ਜਿਹੜਾ 6th ਸਾਮਾ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਇੱਕ ਦੋ ਨੰਬਰ ਦਿੱਤੇ ਹੋਏ ਆ ਔਰ ਉਹਨਾਂ ਵਿੱਚ ਕਿਹਾ ਕਿ ਉਹਦਾ ਲੀਸਟ ਕਾਮਨ ਮਲਟੀਪਲ ਲੀਸਟ ਕਾਮਨ ਮਲਟੀਪਲ ਦਾ ਮਤਲਬ ਕੀ ਹੁੰਦਾ ਆ ਕਿ ਸਭ ਤੋਂ ਛੋਟਾ ਮਲਟੀਪਲ ਲਿਖਣਾ ਉਹਦਾ ਸਾਂਝਾ ਹੋਵੇ ਠੀਕ ਹੈ ਸੋ ਜਿੱਦਾਂ 3 ਹੈ 3 ਦਾ ਤੁਸੀਂ ਨਾ ਟੇਬਲ ਪੜ੍ਹ ਲਓ ਇਦਾਂ 3 1 ਦਾ 3 3 2 ਦਾ 6 ਠੀਕ ਹੈ 3 3 ਦਾ 9 3 4 ਦਾ 12 3 5 ਦਾ 15 ਇਦਾਂ ਪਹਿਲਾਂ 5 ਤੱਕ 9 ਦਾ ਲਿਖ ਲੈਣੇ ਆ ਜੇ ਤੁਹਾਨੂੰ ਕੋਮਨ ਲੱਭ ਗਿਆ ਪਹਿਲਾ ਜਿਹੜਾ ਹੁੰਦਾ ਉਹ ਪਹਿਲਾ ਹੀ ਕੋਮਨ ਹੁੰਦਾ ਆ ਠੀਕ ਹੈ ਬਾਅਦ ਵਾਲੇ ਜਿਹੜੇ ਸਾਰੇ ਇਨਕਰੀਜ਼ ਹੀ ਹੋਣੇ ਆ ਸੋ ਇਹ 9 ਦਾ ਟੇਬਲ ਵੀ ਅਸੀਂ ਲਿਖ ਲਿਆ 5 ਤੱਕ ਠੀਕ ਹੈ देखो ਹੁਣ ਇਹਦੇ ਵਿੱਚ 3 ਹੈਗਾ ਬਟ ਇਹਦੇ ਵਿੱਚ ਹੈ ਨਹੀਂ ਕੋਮਨ ਲੱਭਣਾ ਜਿਹੜਾ ਦੋਵਾਂ ਦੇ ਵਿੱਚ ਹੋਵੇ 6 ਇਹਦੇ ਵਿੱਚ ਹੈਗਾ ਬਟ ਇਹਦੇ ਵਿੱਚ ਹੈ ਨਹੀਂ 9 ਇਹਦੇ ਵਿੱਚ ਵੀ ਹੈਗਾ ਔਰ ਇਹਦੇ ਵਿੱਚ ਵੀ ਹੈਗਾ ਠੀਕ ਹੈ ਸੋ ਜਿਹੜਾ 9 ਆ ਜਿਹੜਾ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕੋਮਨ ਆਇਆ ਵਾ ਨਾ ਉਹੀ ਇਹਨਾਂ ਦਾ ਲੀਸਟ ਕੋਮਨ ਮਲਟੀਪਲ ਹੋਏਗਾ ਸੋ ਇਹਦਾ ਆਨਸਰ ਆਏਗਾ 9 ਦੈਟਸ